ਜਿੱਦਣ ਪ੍ਰਕਾਸ਼ ਸਿੰਘ ਬਾਦਲ ਹੋਰੀ ਅਕਾਲ ਚਲਾਣਾ ਕਰ ਗਏ, ਸੁਖਬੀਰ ਨੂੰ ਪਤਾ ਕਿ ਮੇਰੇ ਤੋਂ ਸਾਂਭਿਆ ਨਹੀਂ ਜਾਣਾ, ਆਪਣੇ ਅਕਾਲੀ ਦਲ ਦੇ ਲੀਡਰਾਂ ਨੇ ਦੰਦੀਆਂ ਵੱਢ ਵੱਢ ਖਾ ਜਾਣਾ ਇਹਨੂੰ। ਸੁਖਪਾਲ ਖਹਿਰਾ ਜਦੋਂ ਤੱਕ ਆਮ ਆਦਮੀ ਪਾਰਟੀ 'ਚ LOP ਸੀ, ਉਹ ਸਿਰਫ ਇੱਕ ਭੁਲੱਥ ਦੇ ਲੀਡਰ ਸੀ। ਜਦੋਂ ਦਾ ਉਹਨਾਂ ਨੂੰ ਕੱਢਿਆ ਆ, ਉਹਨਾਂ ਨੂੰ ਆਪਣਾ ਪੋਟੈਂਸ਼ੀਅਲ ਪਤਾ ਲੱਗਿਆ, ਜਦੋਂ ਲੋਕਾਂ ਨੇ ਮਣਾ ਮੂੰਹੀ ਪਿਆਰ ਦਿੱਤਾ, ਉਹ ਸੁਖਪਾਲ ਖਹਿਰਾ ਅੱਜ ਪੰਜਾਬ ਦੇ ਅਤੇ ਪੂਰੀ ਦੁਨੀਆ ਦੇ ਲੀਡਰ ਬਣੇ। ਰਾਜਾ ਵੜਿੰਗ ਉਹਨਾਂ ਨੂੰ ਪਤਾ, ਕਾਂਗਰਸ ਨੂੰ ਉਹਨਾਂ ਤਿੰਨਾਂ 'ਚ ਨਾ 13 ਚ ਨਾ ਪਲੇਅਰਾਂ 'ਚ ਅਤੇ ਨਾ ਸਪੇਅਰਾਂ 'ਚ, ਉਹ ਜਾਣ ਕੇ ਉੱਥੇ ਉਹਨੂੰ ਉਤਾਰਿਆ ਗਿਆ ਤਾਂ ਕਿ ਹਰਸਿਮਰਤ ਦੀ ਜਿੱਤ ਪੱਕੀ ਹੋ ਜੇ। ਇਹਦਾ ਪਹਿਲਾ ਇਗਜ਼ਾਮਪਲ ਜਦੋਂ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਉੱਡ ਕੇ ਲੰਬੀ ਗਿਆ ਸੀ ਬਾਦਲ ਨੂੰ ਜਿਤਾਉਣ, ਰਵਨੀਤ ਬਿੱਟੂ ਜਲਾਲਾਬਾਦ ਗਿਆ ਸੀ ਇਹਨੂੰ ਸੁਖਬੀਰ ਨੂੰ ਜਿਤਾਉਣ। ਗਰੀਬਾਂ ਦੀਆਂ ਲਾਸ਼ਾਂ ਅਤੇ ਰੋਟੀਆਂ ਸੇਕਣ ਵਾਲੇ ਲੋਕ ਹੁਣ ਇਹ ਗਰੀਬਾਂ ਦਾ ਭਲਾ ਕਰਨਗੇ? ਜਿਹੜੇ ਮੁੱਦੇ ਅਸੀਂ ਆਮ ਆਦਮੀ ਪਾਰਟੀ 'ਚ ਰਹਿੰਦੇ ਹੋਏ ਚੱਕੇ, ਅਗਰ ਇੱਕ ਵੀ ਮੁੱਦੇ ਦਾ ਕੋਈ ਹੱਲ ਨਿਕਲਿਆ, ਫਿਰ ਤਾਂ ਸੰਗਰੂਰ ਦੇ ਆ ਪੰਜਾਬ ਦੇ ਮੁੱਦੇ ਬਦਲੇ ਆ। ਸਭ ਤੋਂ ਵੱਡਾ ਮੁੱਦਾ ਭ੍ਰਿਸ਼ਟਾਚਾਰ ਹੈ, ਹਰ ਮੁੱਦੇ ਦੀ ਜਿਹੜੀ ਜੜ ਹੈ ਉਹ ਭ੍ਰਿਸ਼ਟਾਚਾਰ ਹੈ। ਦੇਖੋ, ਸਾਡੇ ਜਿਹੜੇ ਅਹੁਦੇਦਾਰ ਨੇ ਇੱਥੇ, ਸਾਡੇ ਡੈਡੀਕੇਟਿਡ ਵਲੰਟੀਅਰਸ ਨੇ ਜਿਹੜੇ ਕੰਮ ਕਰ ਰਹੇ ਸੀ, ਜਿਨ੍ਹਾਂ ਨੂੰ ਇਲਾਕੇ ਦੀ ਪੂਰੀ ਸਮਝ ਹੈ, ਜਿਹੜੇ ਮੈਕਸੀਮਮ ਬਰਨਾਲਾ ਦੇ ਵਿੱਚ 3 ਜਿਹੜੀਆਂ ਵਿਧਾਨ ਸਭਾ ਨੇ ਉਹਨਾਂ ਦੇ ਕੋਨੇ ਕੋਨੇ 'ਤੇ ਬੰਦਿਆਂ ਨਾਲ ਵਾਕਫ ਨੇ, ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ। ਦੇਖੋ, ਅਸੀਂ ਬੈਸਟ ਵਿਸ਼ੇਜ਼ ਦਿੰਦੇ ਹਾਂ ਕਾਲਾ ਢਿੱਲੋਂ ਨੂੰ, ਬੰਦਾ ਮਾੜਾ ਨਹੀਂ ਸੀ, ਪਤਾ ਨਹੀਂ ਕੀ ਮਜਬੂਰੀ ਹੈ, ਫਿਰ ਵੀ ਦੇਖੋ ਆਪਣੀ ਜ਼ਿੰਦਗੀ 'ਚ ਕਈ ਬੰਦੇ ਆਉਂਦੇ ਕਈ ਜਾਂਦੇ ਆ, ਕਈ ਦੁਨੀਆ ਤੋਂ ਹੀ ਚੱਲ ਜਾਂਦੇ ਆ, ਕਾਫਲਾ ਚੱਲਦਾ ਰਹਿੰਦਾ, ਜ਼ਿੰਦਗੀ ਰੁਕਦੀ ਨਹੀਂ। ਦੇਖੋ, ਜਿੱਥੋਂ ਤੱਕ ਢੀਂਡਸਾ ਅਤੇ ਕੇਵਲ ਢਿੱਲੋਂ ਦਾ ਸਵਾਲ ਹੈ, ਸਾਡੇ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਰਿਸ਼ਤੇ ਬਰਾਬਰੀ ਵਾਲਿਆਂ ਨਾਲ ਹੀ ਜੱਚਦੇ ਆ। ਜਦੋਂ ਮੁੰਡੇ ਕੁੜੀ ਦਾ ਰਿਸ਼ਤਾ ਕਰਦੇ ਆ ਨਾ, ਜੇ ਬਾਹਲੇ ਉੱਚੇ ਘਰ ਕਰ ਲਓ ਰਿਸ਼ਤਾ, ਤਾਂ ਕੁੜੀ ਆ ਕੇ ਹੀ ਕਹੀ ਜਾਂਦੀ ਹੈ, ਮੈਨੂੰ ਤਾਂ ਮੇਰੇ ਤਾਂ ਨੌਕਰ ਸਵੇਰੇ ਚਾਹ ਪੁੱਛਦੇ ਸੀ, ਮੈਂ ਤਾਂ ਗੱਡੀ ਤੋਂ ਉੱਥੇ ਪੈਰ ਨਹੀਂ ਸੀ ਰੱਖਦੀ, ਤੁਹਾਡੇ ਦਾ ਤੱਪੜ ਰੋਲੇ ਫਿਰਦੇ ਆ। ਉਹ ਰਿਸ਼ਤਾ ਬਰਾਬਰੀ ਦਾ ਨਹੀਂ ਹੁੰਦਾ। ਕੇਵਲ ਢਿੱਲੋਂ ਅਰਬਾਂਪਤੀ ਪਾਰਟੀ ਹੈ, ਢੀਂਡਸੇ ਹੋਰੀ ਅਰਬਾਂਪਤੀ ਪਾਰਟੀ ਨੇ, ਇਹਨਾਂ ਨਾਲ ਗਰੀਬਾਂ ਦਾ ਰਿਸ਼ਤਾ ਕਿੱਥੇ ਨਿਭਜੂ? ਜੇ ਨਿਭ ਸਕਦਾ ਹੁੰਦਾ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਨਾ ਨਿਭ ਜਾਂਦਾ, ਜੇ ਨਿਭ ਸਕਦਾ ਹੁੰਦਾ ਬਾਦਲਾਂ ਨਾਲ ਨਾ ਨਿਭ ਜਾਂਦਾ। ਉਹ ਲੁੱਟ ਕੇ ਖਾ ਗਏ ਯਾਰ, ਗਰੀਬਾਂ ਦੀਆਂ ਲਾਸ਼ਾਂ ਅਤੇ ਰੋਟੀਆਂ ਸੇਕਣ ਵਾਲੇ ਲੋਕ ਹੁਣ ਇਹ ਗਰੀਬਾਂ ਦਾ ਭਲਾ ਕਰਨਗੇ? ਪਹਿਲਾਂ ਨਹੀਂ ਹੋਇਆ 70-71 ਸਾਲ 'ਚ, ਅੱਗੇ ਕਿਤੇ ਹੋਣਾ ਵੀ ਨਹੀਂ। ਲੋਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਹੈ। ਰਾਜਾ ਵੜਿੰਗ ਉਹਨਾਂ ਨੂੰ ਪਤਾ, ਕਾਂਗਰਸ ਨੂੰ ਉਹਨਾਂ ਤਿੰਨਾਂ 'ਚ ਨਾ 13 'ਚ ਨਾ ਪਲੇਅਰਾਂ 'ਚ ਅਤੇ ਨਾ ਸਪੇਅਰਾਂ 'ਚ, ਉਹ ਜਾਣ ਕੇ ਉੱਥੇ ਉਹਨੂੰ ਉਤਾਰਿਆ ਗਿਆ ਤਾਂ ਕਿ ਹਰਸਿਮਰਤ ਦੀ ਜਿੱਤ ਪੱਕੀ ਹੋ ਜੇ। ਇਹਦਾ ਪਹਿਲਾ ਇਗਜ਼ਾਮਪਲ ਜਦੋਂ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਉੱਡ ਕੇ ਲੰਬੀ ਗਿਆ ਸੀ ਬਾਦਲ ਨੂੰ ਜਿਤਾਉਣ, ਰਵਨੀਤ ਬਿੱਟੂ ਜਲਾਲਾਬਾਦ ਗਿਆ ਸੀ ਇਹਨੂੰ ਸੁਖਬੀਰ ਨੂੰ ਜਿਤਾਉਣ, ਅੱਜ ਇਹਨਾਂ ਨੇ ਕਿਹਾ ਵੀ ਇਹਨੂੰ ਭੇਜ ਦਿਉ, ਨਾਲੇ ਇਹਦਾ ਭੁੱਸ ਪੂਰਾ ਹੋ ਜੂ ਰਾਜਾ ਵੜਿੰਗ ਦਾ। ਸੁਖਬੀਰ ਦੇਖੋ ਮੌਜਾਂ ਲੈਣੀਆਂ ਚਾਹੁੰਦਾ, ਉਹਨੂੰ ਪਤਾ ਜਦੋਂ ਤੱਕ ਪ੍ਰਧਾਨਗੀ ਹੈਗੀ ਹੈ ਇਹ ਬਸ ਇਹਦਾ ਸਾਲ ਡੇਢ ਸਾਲ 'ਚ ਖਤਮ ਹੈ ਕੰਮ ਅਕਾਲੀ ਦਲ ਦਾ। ਉਹਨੂੰ ਪਤਾ ਬਗਾਵਤ ਹੋਣੀ ਹੈ ਬਹੁਤ ਤਕੜੀ, ਜਿੱਦਣ ਪ੍ਰਕਾਸ਼ ਸਿੰਘ ਬਾਦਲ ਹੋਰੀ ਅਕਾਲ ਚਲਾਣਾ ਕਰ ਗਏ, ਸੁਖਬੀਰ ਨੂੰ ਪਤਾ ਕਿ ਮੇਰੇ ਤੋਂ ਸਾਂਭਿਆ ਨਹੀਂ ਜਾਣਾ, ਆਪਣੇ ਅਕਾਲੀ ਦਲ ਦੇ ਲੀਡਰਾਂ ਨੇ ਦੰਦੀਆਂ ਵੱਢ ਵੱਢ ਖਾ ਜਾਣਾ ਇਹਨੂੰ। ਇਸ ਕਰਕੇ ਉਹਨੂੰ ਪਤਾ ਪ੍ਰਧਾਨ ਆਪਾਂ ਆ, ਉਹ ਕਹਿੰਦਾ ਐਂ ਕਰ ਹਰਸਿਮਰਤ, ਅਸਰਾਨੀ ਵਾਲੀ ਮੈਨੂੰ ਗੱਲ ਯਾਦ ਆਉਂਦੀ ਸ਼ੋਲੇ ਫਿਲਮ ਦੀ, ਆਦੇ ਇੱਧਰ ਜਾਓ ਆਦੇ ਇੱਧਰ ਜਾਓ, ਬਾਕੀ ਮੇਰੇ ਪਿੱਛੇ ਆਓ। ਸਾਰੇ ਤਾਂ ਇੱਧਰ ਉੱਧਰ ਭੇਜਤੇ, ਘਰ ਵਾਲੀ ਭੇਜਤੀ ਬਠਿੰਡੇ, ਅਤੇ ਆਪ ਕਹਿੰਦਾ ਮੈਂ ਇੱਥੇ ਫਿਰੋਜ਼ਪੁਰ ਆਪਣੀ ਕਿਸਮਤ ਅਜਮਾ ਲੈਣਾ। ਪਿਛਲੇ 5 ਸਾਲਾਂ 'ਚ ਜਿਹੜੇ ਮੁੱਦੇ ਅਸੀਂ ਆਮ ਆਦਮੀ ਪਾਰਟੀ 'ਚ ਰਹਿੰਦੇ ਹੋਏ ਚੱਕੇ, ਅਗਰ ਇੱਕ ਵੀ ਮੁੱਦੇ ਦਾ ਕੋਈ ਹੱਲ ਨਿਕਲਿਆ, ਫਿਰ ਤਾਂ ਸੰਗਰੂਰ ਦੇ ਆ ਪੰਜਾਬ ਦੇ ਮੁੱਦੇ ਬਦਲੇ ਆ। ਸਭ ਤੋਂ ਵੱਡਾ ਮੁੱਦਾ ਭ੍ਰਿਸ਼ਟਾਚਾਰ ਹੈ, ਹਰ ਮੁੱਦੇ ਦੀ ਜਿਹੜੀ ਜੜ ਹੈ ਉਹ ਭ੍ਰਿਸ਼ਟਾਚਾਰ ਹੈ। ਸੁਖਪਾਲ ਖਹਿਰਾ ਜਦੋਂ ਤੱਕ ਆਮ ਆਦਮੀ ਪਾਰਟੀ 'ਚ LOP ਸੀ, ਉਹ ਸਿਰਫ ਇੱਕ ਭੁਲੱਥ ਦੇ ਲੀਡਰ ਸੀ। ਜਦੋਂ ਦਾ ਉਹਨਾਂ ਨੂੰ ਕੱਢਿਆ ਆ, ਉਹਨਾਂ ਨੂੰ ਆਪਣਾ ਪੋਟੈਂਸ਼ੀਅਲ ਪਤਾ ਲੱਗਿਆ, ਜਦੋਂ ਲੋਕਾਂ ਨੇ ਮਣਾ ਮੂੰਹੀ ਪਿਆਰ ਦਿੱਤਾ, ਉਹ ਸੁਖਪਾਲ ਖਹਿਰਾ ਅੱਜ ਪੰਜਾਬ ਦੇ ਅਤੇ ਪੂਰੀ ਦੁਨੀਆ ਦੇ ਲੀਡਰ ਬਣੇ ਆ। ਗੁਰਦਾਸਪੁਰ ਤੋਂ ਸਨੀ ਦਿਓਲ ਨੂੰ ਲੜਾਉਣ ਦੀ ਗੱਲ ਚੱਲ ਰਹੀ ਆ, ਉਹ ਵੀ ਤੁਹਾਡੇ ਵਾਂਗੂ ਇੰਡਸਟਰੀ ਨਾਲ ਜੁੜੇ ਹੋਏ। ਦੇਖੋ, ਉਹ ਭੋਲਾ ਆਦਮੀ ਹੈ, ਉਹ ਮੰਨਿਆ ਕਿ ਫਿਲਮਾਂ ਨਹੀਂ ਚੱਲ ਰਹੀਆਂ ਅੱਜ ਕੱਲ੍ਹ, ਇਹਦਾ ਮਤਲਬ ਇਹ ਨਹੀਂ ਵੀ ਜਾ ਕੇ ਕੋਲਿਆਂ ਦੀ ਭੱਠੀ ਸਿਰ ਦੇ ਦਿਓ, ਬਹੁਤ ਵੱਡੀ ਗਲਤੀ ਕੀਤੀ ਆ ਉਹਨਾਂ ਨੇ। ਹਾਂਜੀ, ਦੇਖੋ ਜੀ, ਜਿਵੇਂ ਜਸਵਿੰਦਰ ਧਮਾਨ ਜੀ ਕਹਿ ਰਹੇ ਹੈ ਕਿ OBC ਨੂੰ ਕੋਈ ਦਰਜਾ ਨਹੀਂ ਦਿੱਤਾ ਜਾ ਰਿਹਾ, OBC ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਕਾਂਗਰਸ ਉਹਨਾਂ ਨੂੰ ਪੁੱਛ ਨਹੀਂ ਰਹੀ, ਉਹ ਕਹਿੰਦੇ ਮੇਰੀ ਥਾਂ 'ਤੇ ਕਿਸੇ ਵੀ OBC ਦੇ ਪ੍ਰਤੀਨਿਧੀ ਨੂੰ ਪ੍ਰਤੀਨਿਧਤਾ ਦਿੱਤੀ ਜਾਵੇ। ਮੈਂ ਜਸਵਿੰਦਰ ਧਮਾਨ ਅਤੇ ਸੁਰਜੀਤ ਧਮਾਨ ਨੂੰ ਬੇਨਤੀ ਕਰਦਾ ਕਿ ਭਾਈ, 7 ਪਾਰਟੀਆਂ ਨੇ, ਪੰਜਾਬ ਜਮਹੂਰੀ ਗੱਠਜੋੜ ਨੇ,
ਜੱਸੀ ਜਸਰਾਜ ਜੋ ਕਿ ਓ ਬੀ ਸੀ ਨੂੰ ਬਿਲੋਂਗ ਕਰਦਾ, ਸੈਣੀ ਕਮਿਊਨਿਟੀ ਨੂੰ ਬਿਲੋਂਗ ਕਰਦਾ, ਮੈਨੂੰ ਪ੍ਰਤੀਨਿਧਤਾ ਦਿੱਤੀ ਹੈ। ਮੈਂ ਆਪਣੇ ਵੀਰ ਨੂੰ ਬੇਨਤੀ ਕਰਦਾ, ਪੰਜਾਬ ਲਈ ਹੀ ਕੰਮ ਕਰਨਾ, ਸੰਗਰੂਰ ਲਈ ਕੰਮ ਕਰਨਾ। ਵੀਰ ਸਾਡੀ ਬੇਨਤੀ ਪਰ ਕਬੂਲ ਕਰ ਅਤੇ ਆ ਕੇ ਮੇਰਾ ਸਾਥ ਦੇ ਯਾਰ। ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।